ਨਗਰ ਕੌਂਸਲ ਵੱਲੋਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤਰੀਕੇ ਨਾਲ ਬਣਾਏ ਗਏ ਥੜਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਦੁਕਾਨਦਾਰਾਂ ਨੇ ਵਿਰੋਧ ਕਰਦੇ ਹੋਏ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰਾਂ ਨੇ ਨਗਰ ਕੌਂਸਲ ਦੀ ਕਾਰਵਾਈ ਨੂੰ ਪੱਖਪਾਤੀ ਕਰਾਰ ਦਿੱਤਾ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾ ਰਿਹਾ, ਸਗੋਂ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਕੰਮ ਕੀਤਾ ਜਾ ਰਿਹਾ ਹੈ। 5-6 ਦਿਨ ਤੋਂ ਜਿਹੜਾ ਵਾ ਕਮੇਟੀ ਘਰ ਵਾਲੇ ਆ ਕੇ ਦੁਕਾਨਦਾਰ ਨੂੰ ਪਰੇਸ਼ਾਨ ਕਰਦੇ ਪਏ ਆ, ਇਹ ਅੱਜ ਦੀ ਗੱਲ ਨਹੀਂ ਆ, ਇਹਨੂੰ 5-6 ਦਿਨ ਲਗਾਤਾਰ ਹੋ ਗਿਆ। ਇਹ ਕੋਈ ਨਾ ਕੋਈ ਬਹਾਨਾ ਲੈ ਕੇ ਆਉਂਦੇ ਆ ਦੁਕਾਨਦਾਰਾਂ ਕੋਲ, ਕਦੀ ਕਹਿੰਦੇ ਆ ਥੜੇ ਤੋੜ ਦੇਣੇ ਆ, ਮਿੱਟੀ ਆਪੇ ਕੱਢ ਲਓ, ਜੇ ਸਫਾਈ ਕਰਾਉਣੀ ਆ ਕਮੇਟੀ 'ਚ ਮੁਲਾਜ਼ਮ ਨੇ ਸਾਡੇ ਕੋਲ, ਕੀ ਸਫਾਈ ਕਰਵਾਓ। ਦੁਕਾਨਦਾਰਾਂ ਨੂੰ ਥਿੱਟ ਕਰਕੇ ਕਹਿਣਾ ਵੀ ਤੁਸੀਂ ਆਪਣੇ ਕੋਲ ਮਜ਼ਦੂਰ ਲਾਓ, ਤੁਸੀਂ ਆਪਣੇ ਮਜ਼ਦੂਰ ਲਾ ਕੇ ਸਫਾਈਆਂ ਕਰਾਓ, ਜੇ ਥੜੇ ਤੋੜ ਦਾਂਗੇ, ਇਹ ਗੱਲ ਦਾ ਕਿਹੜਾ ਤਰੀਕਾ ਇਹਨਾਂ ਮੁਲਾਜ਼ਮਾਂ ਦਾ? ਤੁਸੀਂ ਤੁਹਾਡਾ ਫਰਜ਼ ਬਣਦਾ, ਐਡੇ ਐਡੇ ਮੁਲਾਜ਼ਮ ਅਸੀਂ ਕਮੇਟੀ ਦੇ ਵਿੱਚ ਬੱਦੇ ਪਾਸ ਕੀਤੇ ਆ ਪ੍ਰਾਈਵੇਟ ਮੁਲਾਜ਼ਮਾਂ ਦੇ, ਇੱਕ 110 ਮੁਲਾਜ਼ਮ ਪ੍ਰਾਈਵੇਟ ਰੱਖੇ ਆ, ਉਹ ਟੀਮ ਜਿਹੜੀ ਆ ਕਿੱਥੇ ਸਫਾਈ ਕਰੇ ਕਰਦੀ ਆ? ਜੇ ਅਸੀਂ ਦੁਕਾਨਦਾਰਾਂ ਕੋਲ ਟੈਕਸ ਲੈ ਰਹੇ ਹਾਂ, ਹਰ ਚੀਜ਼ ਲੈ ਰਹੇ ਹਾਂ, ਸਫਾਈ ਦੇਣਾ ਸਾਡੀ ਨਿੱਜੀ ਜ਼ਿੰਮੇਵਾਰੀ ਆ, ਕਮੇਟੀ ਦੀ ਨਿੱਜੀ ਜ਼ਿੰਮੇਵਾਰੀ ਆ। ਦੁਕਾਨਦਾਰਾਂ ਨੂੰ ਕਹਿ ਕੇ ਵਾਰ ਵਾਰ ਇਹ ਰੇੜਾ ਮਿੱਟੀ ਚੁਕਾਓ, ਨਹੀਂ ਥੋੜ੍ਹੇ ਤੋੜ ਦਾਂਗੇ, ਇਹ 5 ਦਿਨ ਤੋਂ ਪ੍ਰਕਿਰਿਆ ਚੱਲੇ ਕਰਦੀ ਇਹਨਾਂ ਦੀ। ਤਾਂ ਰਾਜਨੀਤੀ ਹੋਈ ਆ, ਇਹ ਜਿਹੜੇ 4 ਲੀਡਰ 4-5 ਪਸੋ ਦੇ ਫੇਰੇ ਮਾਰਦੇ ਪਏ, ਉਹ ਕਿੱਥੇ ਨੇ? ਬਾਜ਼ਾਰ ਇਸ ਲਈ ਬੰਦ ਆ, ਰੋਸ਼ ਆ ਦੁਕਾਨਦਾਰਾਂ ਦੇ ਵਿੱਚ ਕਿ ਸਾਡੇ ਦੁਕਾਨ ਵਿੱਚੋਂ ਵਿੱਚੋਂ ਦੁਕਾਨਦਾਰਾਂ ਤੁਸੀਂ ਤੋੜਨੇ ਆ ਥੜੇ, ਇੱਕ ਸਾਈਡ ਤੋਂ ਲੈ ਕੇ ਨੁੱਕਰ ਸ਼ੁਰੂ ਕਰੋ, ਤੋੜੋ, ਕੋਈ ਇਤਰਾਜ਼ ਨਹੀਂ ਆ। ਪਰ ਇਹ ਥੋੜ੍ਹਾ ਵੀ ਇਹ ਮੇਰਾ ਚੇਤਾ ਵਾ, ਇਹ ਪ੍ਰਧਾਨ ਦਾ ਚੇਤਾ, ਇਹਦਾ ਰਹਿਣ ਦਿਓ, ਇਹ MLA ਚੇਤਾ ਦਾ ਰਹਿਣ ਦਿਓ, ਇਹ ਫਲਾਣਾ ਚੇਤਾ ਦਾ ਰਹਿਣ ਦਿਓ, ਕਿਉਂ ਰਹਿਣ ਦਿਓ? ਜਿਹੜੇ ਥੜਿਆਂ ਦੇ ਮਤਲਬ ਜ਼ਿਆਦਾ ਬਲੋਕ ਨੇ ਉਹ ਥੜੇ ਆਪਾਂ ਤੋੜਾਂਗੇ, ਜਿਹੜੇ ਥੜਿਆਂ 'ਚੋਂ ਜਿਹੜੀ ਆ ਸੀਵਰੇਜ ਦੀ ਨਿਕਾਸੀ ਹੋ ਸਕਦੀ, ਪਾਣੀ ਦੀ ਨਿਕਾਸੀ ਹੋ ਸਕਦੀ ਆ, ਉਹਨਾਂ ਜਿਹਨਾਂ ਥੜਿਆਂ ਨੂੰ ਲੋੜ ਹੀ ਨਹੀਂ ਆ ਤੋੜਨ ਦੀ, ਉਹ ਥੋੜ੍ਹਿਆਂ ਨੂੰ ਨਹੀਂ ਆਪਾਂ ਤੋੜਾਂਗੇ। ਜੇ ਕੋਈ ਇੱਕ ਅੱਧਾ ਗਲਤ ਕੋਈ ਮਤਲਬ ਵੀ ਮਿਸ ਆਰਡਰ ਦੇ ਵਿੱਚ ਟੁੱਟ ਵੀ ਗਿਆ ਵਾ ਤਾਂ ਉਹਨੂੰ ਆਪਾਂ ਰਿਪੇਅਰ ਕਰਵਾਵਾਂਗੇ, ਜੇ ਮਤਲਬ ਵੀ ਨਜਾਇਜ਼ ਨਹੀਂ ਹੋਊਗੀ ਕਿਸੇ ਨਾਲ ਵੀ, ਕੋਈ ਨਾ ਹੀ ਨਜਾਇਜ਼ ਹੁੰਦੀ। ਅਜੇ ਤਾਂ ਅਸੀਂ ਸ਼ੁਰੂ ਕੀਤਾ ਵਾ, ਕੋਈ ਇਹੋ ਜਿਹਾ ਨਹੀਂ ਵੀ ਇਹ ਅੱਜ ਦੀ ਦਿਹਾੜੀ ਸਿਰਫ ਕੀਤਾ ਵਾ ਵੀ ਇਹ ਅੱਜ ਟੁੱਟ ਗਿਆ ਅਤੇ ਜਿੰਨੇ ਟੁੱਟ ਗਏ ਉਨੇ ਹੀ ਰਹਿ ਜਾਣਗੇ। ਜੇ ਮੰਨ ਲਓ ਕਿਸੇ ਦਾ ਥੜਾ ਆਉਂਦਾ ਆ, ਭਾਵੇਂ ਉਹ ਮਤਲਬ ਵੀ ਕਿਸੇ ਦਾ ਵੀ ਚੇਤਾ ਹੋਵੇ, ਆਪਾਂ ਉਹ ਥੜਾ ਨਹੀਂ ਰਹਿਣ ਦੇਵਾਂਗੇ। ਜੇ ਉਹ ਬਲੋਕੇਜ ਜਿਹੜੀ ਆ ਉਹਨੂੰ ਕੱਢਣ ਲਈ ਉਹ ਥੜਾ ਤੋੜਨਾ ਵੀ ਪਊਗਾ, ਤਾਂ ਆਪਾਂ ਜ਼ਰੂਰ ਤੋੜਾਂਗੇ। ਕੋਈ ਪਿੱਕ ਐਂਡ ਚੂਜ਼ ਵਾਲੀ ਕੋਈ ਗੱਲ ਨਹੀਂ। ਤੁਹਾਡੇ ਬਾਜ਼ਾਰ ਵਾਸੀਆਂ ਦੀ, ਆਪਣਾ ਬਾਜ਼ਾਰ ਵਾਲਿਆਂ ਦੀ ਇਹ ਮੰਗ ਸੀਗੀ ਕਿ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਜਿੰਨਾ ਚਿਰ ਥੜਿਆਂ ਦੀ ਸਫਾਈ ਨਹੀਂ ਹੋਊਗੀ ਥੜੇ ਟੁੱਟਣਗੇ ਨਹੀਂ, ਉਹਨਾਂ ਚਿਰ ਨਾਲੀਆਂ 'ਚ ਸਫਾਈ ਨਹੀਂ ਹੋ ਸਕਦੀ, ਇਹ ਕਰਕੇ ਤੋੜੇ ਜਾਣ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ, ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।